ਚਲੋ ਧਿਆਨ ਰੱਖੋ ਆਪਣਾ ਹੁਣ ਨਾ ਕੰਮ ਕਾਰ ਵੱਲ। ਭਾਜੀ ਹਾਂਜੀ ਹਾਂਜੀ ਹੋਣਾਂ ਵੱਲੋਂ ਤਾਂ ਜੋ ਹੋਇਆ ਬਹੁਤ ਮਾੜਾ ਹੋਇਆ ਵਾ, ਹਾਂਜੀ ਉਹਨਾਂ ਦੀ ਹਾਂਜੀ ਘਾਟ ਨਹੀਂ ਪੂਰੀ ਹੋ ਸਕਦੀ। ਉਹ ਯਾ ਉਹ ਤਾਂ ਹੈ ਹੀ, ਹੁਣ ਕਰ ਵੀ ਕੀ ਸਕਦੇ ਹਾਂ। ਤਾਂ ਹੁਣ ਘਰ ਦਾ ਕਿੱਦਾਂ, ਜਿਹੜਾ ਕੰਮ ਸ਼ੁਰੂ ਕੀਤਾ ਸੀ ਵਿੱਚੇ ਹੁਣ ਖਲਾਰਾ ਖਲੂਰਾ ਕਿੱਦਾਂ ਘਰ ਦਾ? ਕਰਨਾ ਜੀ ਸ਼ੁਰੂ? ਥੋੜ੍ਹਾ ਜਿਹਾ ਇੱਦਾਂ ਵਾ ਵੀ ਢਾਟ ਭਈਆ ਤਾਂ ਕੀਤਾ ਆ, ਦੋ ਹੀ ਕਮਰੇ ਆ, ਇਹ ਵੀ ਲੱਗੇ ਹਟਾਉਣ, ਅਤੇ ਪੈਲੀ ਤਾਂ ਚੁੱਕਣੀ ਸੀ ਲਿਮਟ ਲੁਮਟ ਡੈਡੀ ਨੇ, ਤੂੰ ਮੁੜ ਕੇ ਆਹ ਕੰਮ ਪੈ ਗਿਆ ਵਿੱਚ। ਘਰ ਦਾ ਕਿੰਨਾ ਹੀ ਖਲਾਰਾ ਪਾ ਕੇ ਬਹਿ ਗਏ ਆ, ਅਤੇ ਹੁਣ ਕਿੱਦਾਂ ਕਰਾਂਗੇ? ਜੋ ਤਾਂ ਕਰਨਾ ਕੀ ਆ, ਡੈਡੀ ਨੇ ਤਾਂ ਇਹ ਸੋਚਿਆ ਸੀ ਵੀ ਚੱਲ 2 ਕਿੱਲੇ ਹੈਗੇ ਆ ਅਤੇ ਲਿਮਿਟ ਚੁੱਕ ਲਾਂਗੇ ਉੱਤੇ ਅਤੇ ਘਰ ਬਾਹਰ ਬਣਾਵਾਂਗੇ, ਪਰ ਇਹ ਆ ਵੀ ਹੁਣ ਡੈਡੀ ਨਹੀਂ ਰਹੇ। ਅੱਛਾ, ਤੂੰ ਸ਼ਾਮਾਂ ਨੂੰ ਕਰ ਲੈਂਦਾ? ਉਹ ਚਲੋ ਕੋਈ ਗੱਲ ਨਹੀਂ, ਕਰ ਲੈਂਦੀ ਹਾਂ, ਥੋੜ੍ਹੀਆਂ ਜਿਹੀਆਂ ਰਹਿ ਗਈਆਂ, ਇਹੋ ਤਾਂ ਕਰਨੀਆਂ ਹੁਣ। ਚੱਲ ਬਾਅਦ 'ਚੋਂ ਕਰੀ, ਅੰਦਰ ਆ ਮੇਰੀ ਗੱਲ ਸੁਣ। ਗੱਲ ਜੋਤ, ਪੁੱਤ ਤੁਸੀਂ ਫਿਕਰ ਨਾ ਕਰੋ ਕਿਸੇ ਗੱਲ ਦਾ, ਅਸੀਂ ਵੀ ਤੁਹਾਡੇ ਮਾਂ ਪਿਓ ਹੀ ਹਾਂ, ਦੁੱਖ ਤਾਂ ਸਾਨੂੰ ਵੀ ਬੜਾ ਵਾ। ਚੱਲ ਪੁੱਤ, ਤੁਸੀਂ ਦੋਵੇਂ ਜਣੇ ਬਹੋ, ਮੈਂ ਤੁਹਾਡੇ ਵਾਸਤੇ ਰੋਟੀ ਪਾ ਕੇ ਲੈ ਕੇ ਆਉਂਦੀ ਹਾਂ। ਨਹੀਂ ਨਹੀਂ ਤਾਈ ਜੀ, ਮੈਂ ਵੀਰ ਜੀ ਨੂੰ ਡਰਾਇੰਗ ਰੂਮ 'ਚ ਰੋਟੀ ਦੇ ਦੇਣੀ ਹੈ, ਤੁਸੀਂ ਬੈਠੋ, ਆ ਜਾਓ ਵੀਰ ਜੀ। ਜਿਹੜੀਆਂ ਰੋਟੀਆਂ ਤੁਸੀਂ ਫ੍ਰੀ ਦੀਆਂ ਖਾਣੀਆਂ ਵਾ ਨਾ, ਇਹ ਤਾਂ ਮੈਂ ਤੁਹਾਡੇ ਹੱਡਾਂ 'ਚੋਂ ਕੱਢੂੰਗੀ, ਇਹਨਾਂ ਰੋਟੀਆਂ ਦੀ ਕੀਮਤ 'ਤੇ ਤੁਹਾਨੂੰ ਝੁਕਾਉਣੀ ਪਊਗੀ।